ਕਰ ਰਹੇ ਹਨ। ਬਠਿੰਡਾ ਪੁਲਿਸ ਨੇ ਜਿਹੜਾ ਹੈ ਜਿਹੜੀ ਆਪਦੀ ਅੱਗੇ ਪਿਰਤ ਚਲਾਈ ਆ, ਜਿਹਦੇ ਵਿੱਚ ਅਸੀਂ ਜਿਹੜੇ ਡਰੱਗਸ ਦੇ ਸਮਗਲਰ ਆ ਉਹਨਾਂ ਦੀਆਂ ਪ੍ਰਾਪਰਟੀਆਂ ਹੀ ਕਾਫੀ ਜ਼ਿਆਦੀਆਂ ਜ਼ਬਤ ਕੀਤੀਆਂ ਪਿਛਲੇ ਇੱਕ ਮਹੀਨੇ ਦੇ ਵਿੱਚ ਵਿੱਚ। ਨਵੇਂ ਸਾਲ ਦੇ ਵਿੱਚ ਜਿਹੜਾ ਹੈ 2024 ਚੜ੍ਹਦਿਆਂ ਹੀ ਅਸੀਂ ਦੋ ਮੁਕੱਦਮੇ ਜਿਹੜੇ ਹੈਗੇ ਆ ਉਹਦੇ ਵਿੱਚ, ਇੱਕ ਸੁਨੀਲ ਕੁਮਾਰ ਆ ਅਤੇ ਇੱਕ ਹੈ ਹਰਬੰਸ ਸਿੰਘ, ਇਹ ਦੋ ਸਮਗਲਰ ਸੀਗੇ ਚਿੱਟੇ ਦੇ ਜਿਨ੍ਹਾਂ ਦੇ ਖਿਲਾਫ ਕਮਰਸ਼ੀਅਲ ਕੁਆਂਟਿਟੀ ਦੇ ਮੁਕੱਦਮੇ ਦਰਜ ਸੀਗੇ ਥਾਣੇ ਕੈਂਟ ਦੇ ਵਿੱਚ, ਥਾਣੇ ਕੈਂਟ ਬਠਿੰਡਾ ਦੇ ਵਿੱਚ। ਸੋ ਇਹਨਾਂ ਦੀਆਂ ਦੋ ਜਿਹੜੀਆਂ ਚੱਲ ਪ੍ਰੋਪਰਟੀਜ਼ ਆ, ਇੱਕ ਦੀ SX4 ਗੱਡੀ ਆ 2.5 ਲੱਖ ਦੀ ਮਲੀਤੀ ਆ, ਦੂਜੀ ਸਵਿਫਟ ਡਿਜ਼ਾਇਰ ਆ ਜਿਹੜੀ ਕੋਈ 2.25 ਲੱਖ ਦੀ ਮਾਰਕੀਟ ਉਹਦੀ ਇਸ ਵੇਲੇ ਸੀਗੀ ਵੈਲਿਊ। ਉਹ ਦੋਵੇਂ ਜਿਹੜੀਆਂ ਹੈਗੀਆਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਜਿਹੜੇ ਹੈ ਆਰਡਰ ਕਰਾਉਣ ਦੇ ਵਿੱਚ ਬਠਿੰਡਾ ਪੁਲਿਸ ਕਾਮਯਾਬ ਹੋਈ ਆ। ਇਹ ਦੋਵੇਂ ਜਿਹੜੀਆਂ ਗੱਡੀਆਂ ਉਹ ਫਰੀਜ਼ ਹੋ ਗਈਆਂ, ਇਹਨਾਂ ਨੂੰ ਅਸੀਂ ਥਾਣੇ ਲਿਆ ਕੇ ਜ਼ਬਤ ਕਰ ਲਿਆ। ਔਰ ਇਸੇ ਤਰ੍ਹਾਂ ਇਸ ਲੜੀ ਦੇ ਵਿੱਚ ਹੀ ਦਸੰਬਰ ਤੋਂ ਲੈ ਕੇ ਪਿਛਲਾ ਮਹੀਨਾ ਦਸੰਬਰ ਦਾ ਸੀਗਾ ਟਿਲ ਡੇਟ, ਬਠਿੰਡਾ ਪੁਲਿਸ ਨੇ ਚੰਗੀ ਕਾਰਗੁਜ਼ਾਰੀ ਵਿਖਾਉਂਦੇ ਹੋਏ ਇਹਨਾਂ ਡਰੱਗ ਸਮਗਲਰਾਂ ਦੇ ਅਗੇਂਸਟ 1,88,00,000 ਦੀ ਅਸੀਂ ਪ੍ਰੋਪਰਟੀ ਜਿਹੜੀ ਆ ਇਹਨਾਂ ਦੀ ਫਰੀਜ਼ ਕਰਾ ਚੁੱਕੇ ਹਾਂ। ਔਰ ਉਹਨਾਂ ਸਾਰਿਆਂ ਦੇ ਕੇਸਿਸ ਅੱਗੇ ਚੱਲ ਰਹੇ ਆ, ਬੜੀਆਂ ਸੋਲਿਡ ਅਤੇ ਸਹੀ ਗਰਾਊਂਡਸ ਦੇ ਉੱਤੇ ਜਿਹੜਾ ਉਹ ਕੇਸ ਤਿਆਰ ਕੀਤੇ ਗਏ ਆ ਤਾਂ ਕਿ ਇਹਨਾਂ ਸਾਰੀਆਂ ਪ੍ਰੋਪਰਟੀਜ਼ ਨੂੰ ਨੈਕਸਟ ਸਟੈਪ 'ਤੇ ਇਹਨਾਂ ਦਾ ਫੋਰ ਫੀਚਰ ਹੋ ਜੇ ਤਾਂ ਕਿ ਇਹ ਸਾਰੀਆਂ ਗੌਰਮੈਂਟ ਦੇ ਖਾਤੇ 'ਚ ਚੱਲ ਜਾਏ ਅਤੇ ਗੌਰਮੈਂਟ ਇਹਨਾਂ ਨੂੰ ਅੱਗੇ ਨਿਲਾਮ ਕਰੂਗੀ। ਔਰ ਇਹ ਜਿਹੜਾ ਹੈ ਸਿਲਸਿਲਾ ਇਹਨੂੰ ਬਠਿੰਡਾ ਪੁਲਿਸ ਇੱਦਾਂ ਹੀ ਜਾਰੀ ਰੱਖੂਗੀ। ਹੁਣ ਤੱਕ ਸਰ ਕਿੰਨੇ ਹੋ ਗਈਆਂ ਨੇ ਟੋਟਲ, ਜੇ ਆਪਾਂ ਲਾਈਏ 24 ਤੁਸੀਂ ਕਹਿੰਦੇ ਸੀਗੇ ਤਾਂ ਵਧਾ ਕੇ ਕਿੰਨੇ ਵਧੀਆਂ ਟੋਟਲ ਜਿਹੜਾ ਹੈ ਵਾ ਹੁਣ ਤੱਕ ਜਿਹੜੀਆਂ 10 ਤਾਂ ਫਰੀਜ਼ਿੰਗ ਆਰਡਰ, 2 A8 ਪਹਿਲਾਂ। ਸੋ ਨਵੇਂ ਸਾਲ ਦੇ ਵਿੱਚ ਇਹ 2 ਸਾਨੂੰ ਮਿਲ ਗਏ ਆਰਡਰ, ਔਰ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਮੀਨਸ ਪਿਛਲੇ 40 ਡੇਜ਼ ਦੇ ਵਿੱਚ ਵਿੱਚ ਅਸੀਂ 10 ਆਰਡਰਸ ਜਿਹੜੇ ਆ, 10 ਪ੍ਰੋਪਰਟੀਜ਼, 10 ਆਰਡਰ ਸਾਨੂੰ ਮਿਲ ਚੁੱਕੇ ਆ। 24 ਸਾਡੇ ਜਿਹੜੇ ਕੇਸ ਆ ਉਹ ਦਿੱਲੀ ਚੱਲ ਰਹੇ ਆ, ਜਿਨ੍ਹਾਂ ਦੀ ਅਸੀਂ ਬਾਖੂਬੀ ਪੈਰਵਾਈ ਕਰ ਰਹੇ ਹਾਂ। ਔਰ ਸਾਨੂੰ ਇਹ ਵੀ ਆਸ ਆ ਵੀ ਉਹਦੇ 'ਚ ਵੀ ਅਸੀਂ ਜਲਦ ਹੀ ਫਰੀਜ਼ਿੰਗ ਆਰਡਰ ਬਾਕੀ ਦੇ ਸਮਗਲਰਾਂ ਦੇ, ਰਹਿੰਦੇ ਸਮਗਲਰਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਆ ਉਹਨਾਂ ਦੇ ਅਟੈਚਮੈਂਟ ਆਰਡਰਸ, ਉਹਨਾਂ ਦੇ ਫਰੀਜ਼ਿੰਗ ਆਰਡਰਸ ਲੈਣ 'ਚ ਕਾਮਯਾਬ ਹੋਵਾਂਗੇ।